ਵਾਹਿਗੁਰੂ ਜੀ ਧਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੋਇ ਟਾ ਦੂਤ परमेश्वर मारे पैज रखी करतारे रे बादशाह शाह बस कर दिने अमृत नाम महारस पिन ਨਿਰਭਉ ਹੋਏ ਪਜੂ ਭਗਵਾਨ ਸਾਧ ਸੰਗਤ ਮਿਲ ਕੀ ਨੋ ਦਾ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਊਟ ਬਕਰੀ ਪ੍ਰਭ ਸੁਆਮੀ ਦੇਨ ਹਾਰ ਪ੍ਰਭ ਛੋੜ ਕੈ ਲਾਗੈ ਅਨਸੁਆਇ ਨਾਨਕ ਕਹਉ ਨਸੀ ਜਈ ਭੈਣ ਆਵੈ ਪਤ ਜਾਇ ਪੁਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਹੋਰੇ ਕੇ ਗੁਣ ਗਾਓ ਸਭਾ ਹਟਲ ਗੁਰ ਸੇਵੀ ਐ ਐਨ ਸੁਸਾਜ ਸੁਭਾਏ ਦਰਸ਼ਨ ਵਰਸੀ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹ ਸਿਫਤ ਕਸਮ ਦੇ ਨੋਰ ਹਰ ਸੋ ਕਰ ਸੋ ਛਟੀਆਂ ਤੁਧ ਡਿਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀ ਐ ਡਿਠੇ ਸਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟੀ ਐ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਹੋ 12 ਮਹਾ ਕਤਕ ਕਰਮ ਕਮਾਵਣਾ ਦੋਸ਼ ਨਾ ਕਹੋ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸਬੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿੱਚ ਹੋ ਗਾ ਕਿਨ ਮਹ ਕਉੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਨਾ ਕੋਈ ਕਰ ਸਕਾ ਕਿਸਥਰੂਆ ਰੋਜ ਕੀਤਾ ਕਿਛੁ ਨਾ ਹੋਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲਿਆ ਤਾਂ ਉੱtre ਸਭ ਬਯੋਗ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਕਤਕ ਕ ਹੋਵੇ ਸਾਦੇ ਸੰਗ ਬਿਨ ਸਬੇ ਸੋਚ ਕਤਕ ਕਰਮ ਕਮਾਵਣੇ ਦੋਸ ਨਾ ਕਹੂ ਜੋਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੁਗੋ ਜੁਗ ਅਟਲ ਚਾਰ ਤਖਤ ਸੰਗਾਸਨ ਦੇ ਮਾਲਕ ਗਰੀਬ ਨਿਵਾਜ਼ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਸ਼ੋਭਤ ਹੋ ਰਹੀ ਗੁਰੂ ਕੀ ਪਿਆਰੀ ਗੁਰੂ ਕੀ ਸਵਾਰੀ ਖਾਲਸਾ ਸਾਧ ਸੰਗਤ ਜੀਓ ਅੱਜ ਸਤਿਗੁਰੂ ਜੀ ਆਣੇ ਕਿਰਪਾ ਕੀਤੀ ਹੈ ਕਤਤਕ ਮਹੀਨੇ ਦੀ ਜੋ ਸੰਗRAND ਦਾ ਦਿਹਾੜਾ ਹੈ ਉਹ ਸਾਨੂੰ ਬਖਸ਼ਿਸ਼ ਪ੍ਰਾਪਤ ਹੋ ਰਹੀ ਹੈ ਇਹ ਜਿਹੜੇ 12 ਮਹੀਨੇ ਸਾਨੂੰ ਪ੍ਰਾਪਤ ਹੁੰਦੇ ਇਹਨਾਂ ਮਹੀਨਿਆਂ ਦੇ ਸੰਬੰਧਤ ਬਾਣੀ ਜਿਹੜੀ ਹੈ ਉਹ ਗੁਰੂ ਪਾਤਸ਼ਾਹ ਨੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੀ ਹੈ। ਉਹਨਾਂ 12 ਮਹੀਨਿਆਂ ਦਾ ਫਲਾਉਪਦੇਸ਼ ਵਖ-ਵਖ ਮਹੀਨੇ ਦੇ ਦੁਆਰਾ ਆਪਾਂ ਪੜ੍ਹ ਸਕਦੇ ਹਾਂ। ਬਾਣੀ ਦਾ ਨਾਮ ਹੈ 12 ਮਾਹ 12 ਮਹੀਨਿਆਂ ਦਾ ਉਪਦੇਸ਼। ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆਂ ਨੂੰ ਸਿੱਖਾਂ ਨੇ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜੀ ਆਪ ਜੀ ਕੋਈ ਸੁਖੈਣ ਬਾਣੀ ਬਖਸ਼ਿਸ਼ ਕਰੋ ਜਿਸ ਨੂੰ ਪੜ੍ਹ ਕੇ ਉਹਦੇ ਭਾਵ ਅਰਥ ਪਤਾ ਲੱਗ ਜਾਣ ਕਿ ਬਾਣੀ ਸਾਨੂੰ ਕੀ ਉਪਦੇਸ਼ ਕਰ ਰਹੀ ਹੈ ਤਾਂ ਕਿ ਉਸ ਉਸ ਅਰਥ ਨੂੰ ਸਮਝ ਕੇ ਆਪਣਾ ਜੀਵਨ ਉਸ ਤਰ੍ਹਾਂ ਦਾ ਬਤੀਤ ਕਰ ਸਕੇ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਜੀਆ ਨੇ ਸੰਗਤਾਂ ਦੀ ਬੇਨਤੀ ਸੁਣਦਿਆਂ ਹੋਇਆ ਗੁਰੂ ਘਰ ਰਾਮਸਰ ਬਣਿਆ ਹੋਇਆ ਜਿੱਥੇ ਅੱਜ ਕੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਰੂਪ ਦੀ ਸ਼ਿਪਾਈ ਹੁੰਦੀ ਹੈ ਸੰਗਤਾਂ ਦੀ ਇਸ ਬੇਨਤੀ ਨੂੰ ਮਹਾਰਾਜ ਨੇ ਜਿਸ ਵੇਲੇ ਪ੍ਰਵਾਨ ਕੀਤਾ ਇਸੇ ਜਗ੍ਹਾ ਤੇ ਮਹਾਰਾਜ ਬਾਣੀ ਲਿਖਵਾਉਂਦੇ ਪਏ ਭਾਈ ਗੁਰਦਾਸ ਜੀਆਂ ਨੂੰ ਲਖਾਰੀ ਲਾ ਕੇ ਸੰਗਤਾਂ ਦੀ ਬੇਨਤੀ ਸੁਣ ਕੇ ਮਹਾਰਾਜ ਸਾਹਿਬ ਜੀ ਫਿਰ ਮੰਜੀ ਸਾਹਿਬ ਦੇ ਪਵਿੱਤਰ ਸਥਾਨ ਤੇ ਬੈਠੇ ਹੋਏ ਉਥੇ ਮਹਾਰਾਜ ਜੀਆ ਨੇ ਇਸ ਬਾਣੀ ਨੂੰ ਉਚਾਰਿਆ ਹੈ ਅੱਜ ਕਤਕ ਦਾ ਮਹੀਨਾ ਪ੍ਰਾਪਤ ਹੋ ਰਿਹਾ ਹੈ ਇਹਦੇ ਪਰਥਾਏ ਜੋ ਮਹਾਰਾਜ ਬਖਸ਼ਿਸ਼ ਕਰਦੇ ਆਓ ਸਰਵਨ ਕਰੀਏ ਮਨ ਦਾ ਧਿਆਨ ਟਕਾਈਏ ਮਿਲ ਕੇ ਆਕੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਰਾ ਮਹਾ ਕਤਕ ਕਰਮ ਕਮਾਵਣਾ ਕਤਕ ਦਾ ਮਹੀਨਾ ਜੋ ਹੈ ਉਹ ਸਾਨੂੰ ਅੱਜ ਪ੍ਰਾਪਤ ਹੋਇਆ ਹੈ ਆਰਾਜ ਕਹਿਣ ਲੱਗੇ ਇਸ ਮਹੀਨੇ ਦੇ ਵਿੱਚ ਕਰਮ ਕਮਾਵਣੇ ਜਿਹੜੇ ਤੂੰ ਕਰਮ ਕਮਾਏ ਹੋਏ ਜਿਸ ਤਰ੍ਹਾਂ ਦੇ ਵੀ ਤੂੰ ਕਰਮ ਹੁਣ ਕਮਾਉਂਦਾ ਪਿਆ ਜੋ ਅੱਜ ਕੀਤੇ ਨੇ ਕਰਮ ਇਹਦਾ ਫਲ ਮਿਲੇਗਾ ਜਿਹੜੇ ਕੱਲ ਕੀਤੇ ਨੇ ਕਰਮ ਉਹਦਾ ਫਲ ਵੀ ਮਿਲੇਗਾ ਜਿੰਨੀ ਜ਼ਿੰਦਗੀ ਬਤੀਤ ਕਰ ਲਈ ਹੈ ਉਹ ਜ਼ਿੰਦਗੀ ਦੇ ਅੰਦਰ ਜਿੰਨੇ ਵੀ ਕਰਮ ਕੀਤੇ ਉਹਦਾ ਫਲ ਜ਼ਰੂਰ ਮਿਲੇਗਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਤਕ ਦੇ ਮਹੀਨੇ ਜਿਹੜੇ ਕਰਮ ਕਮਾਏ ਹੋਏ ਜਾਂ ਜਿਹੜੇ ਕਮਾਉਂਦਾ ਪਿਆ ਉਹਦਾ ਫਲ ਮਿਲੇਗਾ ਫਿਰ ਬਖਸ਼ ਦੇ ਹਾਨ ਕਤਕ ਕਰਮ ਕਮਾਵਣੇ ਕਤਕ ਦੇ ਮਹੀਨੇ ਤੋਂ ਭਾਵੇਂ ਹੈ ਜਿਹੜੇ ਕਤ-ਕਤ ਕੇ ਇਕੱਠੇ ਕੀਤੇ ਪਹਿਲੇ ਸਮੇਂ ਵਿੱਚ ਬੀਬੀਆਂ ਚਰਖਾ ਕੱਤਿਆ ਕਰਦੀਆਂ ਨਾ ਪੂਣੀਆਂ ਪਰ ਪੂਣੀ ਗੁਰਮੁਖੀ ਇੱਕੇ ਵਾਰੀ ਤੇ ਨਹੀਂ ਨਾ ਬਣ ਜਾਂਦੀ ਐ ਪੂਣੀ ਬਣਾਉਣ ਵਾਸਤੇ ਪਹਿਲਾਂ ਜ਼ਮੀਨ ਬੀਜਣੀ ਪਵੇਗੀ ਫਿਰ ਪਹਿਲਾਂ ਜ਼ਮੀਨ ਵਾਉਣੀ ਪਵੇਗੀ ਫਿਰ ਉਹਦੇ ਚ ਕਪਾਹ ਬੀਜਣੀ ਪਵੇਗੀ ਫਿਰ ਕਪਾਹ ਚੁਗਣੀ ਪਵੇਗੀ ਫਿਰ ਰੁਹੀ ਇਕੱਠੀ ਕਰਨੀ ਪਵੇਗੀ ਫਿਰ ਚਰਖਾ ਲਿਆਉਣਾ ਪਵੇਗਾ ਤਕਲਾ ਲਿਆਉਣਾ ਪਵੇਗਾ ਫਿਰ ਚਰਖੇ ਨੂੰ ਘਮਾਉਣਾ ਪਵੇਗਾ ਫਿਰ ਉਹਦੀ ਡੋਰ ਬਣੇਗੀ ਫਿਰ ਜਾ ਕੇ ਪੂਣੀਆਂ ਕੱਤੀਆਂ ਜਾਣਗੇ ਪੂਣੀ ਇੱਕੇ ਦੇ ਨਹੀਂ ਬਣ ਗਈ ਹੈ ਚਰਖੇ ਦੇ ਉੱਪਰ ਪੂਣੀ ਬਣਾਉਣ ਵਾਸਤੇ ਸਮਾਂ ਲੱਗਾ ਹੈ ਜ਼ਮੀਨ ਵੋਣੀ ਪਈ ਹੈ ਕਪਾਹ ਪੈਦਾ ਕਰਨੀ ਪਈ ਹੈ ਸਭ ਕੁਝ ਕਰਨਾ ਪਿਆ ਚਰਖਾ ਕੱਤ-ਕੱਤ ਕੇ ਫਿਰ ਪੂਣੀਆਂ ਇਕੱਠੀਆਂ ਕਰ ਲਈਆਂ ਮਹਾਰਾਜ ਕਹਿਣ ਲੱਗੇ ਭਾਈ ਬਚਨੇ ਆ ਇਹ ਜਿਹੜਾ ਕੱਤੇ ਦਾ ਮਹੀਨਾ ਨਾ ਇਹ ਵੀ ਤੈਨੂੰ ਇਹ ਗੱਲ ਕਹਿੰਦਾ ਪਿਆ ਤੂੰ ਆਪਣੇ ਕਰਮਾਂ ਨੂੰ ਕੱਤਦਾ ਪਿਆ ਹੈ ਇਕੱਠਾ ਕਰਦਾ ਪਿਆ ਅੱਜ ਪੰਜ ਪੁੰਨ ਕੀਤੇ ਉਹ ਇਕੱਠੇ ਹੋ ਗਏ ਅੱਜ ਪੰਜ ਪਾਪ ਕੀਤੇ ਉਹ ਵੀ ਇਕੱਠੇ ਹੋ ਗਏ ਪਾਪ ਤੇ ਪੂਰਨ ਪਾਪ ਤੇ ਪੂਨੇ ਕਤ ਕਤ ਕੇ ਬਣਾ ਬਣਾ ਕੇ ਜੋੜ ਜੋੜ ਕੇ ਤੂੰ ਇਕੱਠੇ ਕਰ ਲਏ ਆਪਣੇ ਖਜ਼ਾਨੇ ਵਿੱਚ ਪਾ ਲਏ ਜਦੋਂ ਪਾਪ ਪੁੰਨਾਂ ਨੂੰ ਇਕੱਠੇ ਕਰਦਾ ਤੇ ਫਿਰ ਮਹਾਰਾਜ ਫਰਮਾਉਂਦੇ ਹਨ ਦੋਸਨਾ ਕਹੂ ਜੋਗ ਉਹਨਾਂ ਪਾਪਾਂ ਦੀ ਸਜ਼ਾ ਵੀ ਮਿਲੇਗੀ ਜਿਸ ਤਰ੍ਹਾਂ ਦੇ ਕਰਮ ਕੀਤੇ ਫਿਰ ਜਦੋਂ ਪਾਪ ਦੀ ਸਜ਼ਾ ਮਿਲਦੀ ਹੈ ਫਿਰ ਬੰਦਾ ਇਹ ਗੱਲ ਕਦੇ ਨਹੀਂ ਕਹਿੰਦਾ ਹੈ ਕਿ ਇਹ ਕਰਮ ਮੈਂ ਕੀਤਾ ਸੀ ਮੇਰਾ ਕਰਮ ਮੇਰੇ ਅੱਗੇ ਆ ਗਿਆ ਮਨੁੱਖ ਇਹ ਗੱਲ ਕਹਿੰਦਾ ਹੈ ਮੇਰਾ ਕੰਮ ਫਲਾਣੇ ਨੇ ਵਿਗਾੜਿਆ ਹੈ ਜੇ ਕਿਤੇ ਉਹ ਨਾ ਵਿਗਾੜਦਾ ਤੇ ਇਹ ਜ਼ਰੂਰ ਹੋ ਜਾਣਾ ਪਰ ਮੇਰਾ ਜੇ ਕੰਮ ਵਿਗੜਿਆ ਹੈ ਤੇ ਇਹ ਵਿਗੜਿਆ ਤਾਂ ਹੈ ਕਿਉਂਕਿ ਦੂਸਰੇ ਨੇ ਵਿਗਾੜ ਦਿੱਤਾ ਵਿਗੜੇ ਕੰਮ ਦਾ ਦੋਸ਼ ਕਦੇ ਆਪਣੇ ਤੇ ਨਹੀਂ ਲੈਂਦਾ ਦੂਜੇ ਤੇ ਦਿੰਦਾ ਹੈ ਇੱਕ ਸਾਖੀ ਆਉਂਦੀ ਹੈ ਸਨਾਤਨ ਮਤ ਦੇ ਗ੍ਰੰਥਾਂ ਦੇ ਵਿੱਚ ਕਹਿਣ ਲੱਗੇ ਇਕਤ੍ਰੇਤ ਰਾਸ਼ਟਰ ਨਾਮ ਦਾ ਰਾਜਾ ਹੋਇਆ ਨਾ ਉਸਨੇ ਪੁੱਛ ਲਿਆ ਕਿਸੇ ਸਾਧੂ ਨੂੰ ਵੀ ਮੇਰੇ 100 ਪੁੱਤਰ ਮਰ ਗਿਆ ਜੰਗ ਦੇ ਵਿੱਚ ਜਦੋਂ ਕੌਰਵਾ ਪਾਂਡਵਾ ਦਾ ਜੰਗ ਹੋਇਆ ਨਾ ਮਹਾ ਭਾਰਤ ਦਾ ਤੇ ਉਹਦੇ ਵਿੱਚ ਉਸਦੇ 100 ਪੁੱਤਰ ਮਰ ਗਏ ਆਪਾਂ ਕੁਰਬਾਨੀ ਦਾ ਬਚਨ ਵੀ ਪੜਦੇ ਆ ਨਾ ਮੇਰੀ ਮੇਰੀ ਕਹਿਰੋਂ ਕਰਤੇ ਦਰਜੋਧਨ ਸੇ ਭਾਈ 12 ਯੋਜਨ ਛਤਰ ਚਲੇ ਥਾਦੇ ਹੀ ਗਿਰਜ ਨਾ ਖਾਈ ਮਹਾਰਾਜ ਕਹਿਣ ਲੱਗੇ ਵੀ ਉਸ ਜੰਗ ਦੇ ਵਿੱਚ 100 ਪੁੱਤਰ ਮਰਿਆ ਤਾਂ ਉਤ੍ਰਿਤਰਾਸ਼ਟ੍ਰ ਬੜਾ ਰੋਇਆ ਬੜਾ ਦੁਖੀ ਹੋਇਆ ਵੀ ਚਲੋ ਪੁੱਤ ਤੇ ਇੱਕ ਹੀ ਮਰ ਜਾਵੇ ਤੇ ਉਹਦਾ ਬੜਾ ਦੁੱਖ ਹੈ ਉਹਦਾ ਗਮ ਨਹੀਂ ਭੁੱਲਿਆ ਜਾਂਦਾ ਮਾਂ-ਬਾਪ ਦਾ ਜੀਵਨ ਅਧੂਰਾ ਹੋ ਜਾਂਦਾ ਸੁੰਨਾ ਹੋ ਜਾਂਦਾ ਮੇਰਾ ਤੇ 100 ਦਾ 100 ਹੀ ਮਰ ਗਿਆ ਕਿਸੇ ਸਾਧੂ ਨੂੰ ਜਾ ਕੇ ਪੁੱਛਿਆ ਵੀ ਇਹ ਮੈਨੂੰ ਕਿਸ ਗੁਨਾਹ ਦੀ ਸਜ਼ਾ ਮਿਲੀ ਹੈ ਮੇਰਾ 100 ਪੁੱਤਰ ਕਿਉਂ ਮਰਿਆ ਔਰ ਮੈਨੂੰ 100 ਜਨਮ ਦਾ ਗਿਆਨ ਹੈ ਕਿ ਮੈਂ ਪਿਛਲੇ 100 ਜਨਮ ਤੱਕ ਕੋਈ ਪਾਪ ਇਹੋ ਜਿਹਾ ਕੀਤਾ ਹੀ ਨਹੀਂ। ਸਾਧੂ ਨੇ ਸੁਣਿਆ ਬਚਨ ਕਹਿਣ ਲੱਗੇ ਤੇ ਗੱਲ ਦਾ ਜਿਹੜਾ ਹੈ ਨਾ ਤੈਨੂੰ ਜਵਾਬ ਭਗਵਾਨ ਕ੍ਰਿਸ਼ਨ ਜੀ ਦੇ ਸਕਦੇ ਕਿਉਂਕਿ ਅਵਤਾਰ ਨੇ ਸਮੇਂ ਦੇ। ਫਿਰ ਭਗਵਾਨ ਜੀਆਂ ਦੇ ਕੋਲ ਆ ਗਿਆ ਮੇਰੇ 100 ਪੁੱਤਰ ਮਰ ਗਏ ਕਿਉਂ ਮਰੇ? ਉਹਨਾਂ ਨੇ ਫਿਰ ਬਚਨ ਸੁਣਾਇਆ ਕਹਿਣ ਲੱਗੇ ਰਾਜਨ 100 ਜਨਮ ਤੋਂ ਪਿਛੇ ਨੂੰ ਚਲਾ ਜਾ। ਸੌ ਜਨਮਦਾਰ ਤੇ ਤੈਨੂੰ ਗਿਆਨ ਹੈ ਪਰ 107ਵੇਂ ਜਨਮ ਦੇ ਵਿੱਚ ਤੈਨੂੰ ਰਾਜ ਭਾਗ ਪ੍ਰਾਪਤ ਸੀ ਤੇ ਤੇਰੇ ਮਹਿਲਾ ਦੇ ਨੇੜੇ ਹੰਸਾਂ ਨੇ ਬੱਚੇ ਦਿੱਤੇ ਹੋਏ ਤੇ ਤੂੰ ਮਾਸ ਖਾਨ ਦਾ ਬੜਾ ਸ਼ਕੀਨ ਸੀ ਤੈਨੂੰ ਚੰਗਾ ਲੱਗਦਾ ਸੀ ਵੀ ਮਾਸ ਮਿਲੇ ਤੇ ਮੈਂ ਖਾਵਾਂ ਕੁਦਰਤ ਐਸੀ ਵਾਪਰੀ ਹੈ ਕੋਈ ਦਿਨ ਲਗਾਤਾਰ ਮੀਂਹ ਪੈਣ ਦੇ ਕਰਕੇ ਤੇਰੇ ਕੋਲੋਂ ਸ਼ਿਕਾਰ ਖੇਡਣ ਨਹੀਂ ਜਾਇਆ ਆ ਗਿਆ ਤੇ ਤੂੰ ਆਪਣੇ ਰਸੋਈਏ ਨੌਕਰ ਨੂੰ ਆਖਿਆ ਵੀ ਮੇਰਾ ਮਾਸ ਖਾਣ ਨੂੰ ਬੜਾ ਜੀ ਕਰਦਾ ਮੌਸਮ ਬੜਾ ਚੰਗਾ ਹੈ ਕਿਤੇ ਹੋ ਵੀ ਜਾ ਮੇਰੇ ਵਾਸਤੇ ਮਾਸ ਦਾ ਪ੍ਰਬੰਧ ਕਰ ਨੌਕਰ ਗਿਆ ਉਸਨੇ ਵੇਖਿਆ ਮਹਿਲਾਂ ਦੇ ਨੇੜੇ ਹੀ ਹਾਂਸਾਂ ਦੇ ਬੱਚੇ ਨੇ ਇੱਕ ਬੱਚਾ ਚੁਕਿਆ ਬੱਚੇ ਨੂੰ ਮਾਰਿਆ ਉਹਦਾ ਮਾਸ ਤਿਆਰ ਕੀਤਾ ਤੇ ਤੈਨੂੰ ਲਵਾ ਲਿਆ ਕੇ ਖਵਾਇਆ ਜਦੋਂ ਤੂੰ ਹੰਸ ਦੇ ਬੱਚੇ ਦਾ ਮਾਸ ਖਾਦਾ ਤੈਨੂੰ ਬੜਾ ਸਵਾਦ ਲੱਗਾ ਤੂ ਉਸ ਨੂੰ ਆਖਿਆ ਵੀ ਮੈਨੂੰ ਇਸੇ ਤਰ੍ਹਾਂ ਦਾ ਹੀ ਰੋਜ ਮਾਸ ਚਾਹੀਦਾ ਹੈ ਬੜਾ ਸਵਾਦ ਹੈ ਜਿਹੜੇ ਵੀ ਜਾਨਵਰ ਦਾ ਰੋਜ ਬਣਾ ਕੇ ਲਿਆਇਆ ਕਰ। ਨੌਕਰ ਨੇ ਫੇਰ ਹੁਕਮ ਮੰਨਿਆ। ਰੋਜ਼ ਦੀ ਰੋਜ਼ ਇੱਕ ਬੱਚਾ ਚੁੱਕ ਲਿਆਉਂਦਾ ਮਾਰਿਆ ਜਾਂਦਾ ਤੈਨੂੰ ਖਵਾਇਆ ਜਾਂਦਾ ਕਰਦਿਆਂ ਕਰਦਿਆਂ ਉਹਨਾਂ ਹੰਸਾਂ ਦੇ 100 ਬੱਚੇ ਤੂੰ ਖਾ ਲੈ। ਜਦੋਂ 100 ਬੱਚੇ ਖਾਦੇ ਉਹ ਹੰਸ ਵਿਚਾਰੇ ਕਿਤੇ ਬਾਹਰ ਚੋਗਾ ਚੁਗਣ ਵਾਸਤੇ ਕਿਤੇ ਗਏ ਹੋਏ। ਜਦੋਂ ਉਹਨਾਂ ਨੇ ਵੇਖਿਆ ਵੀ ਸਾਡਾ ਤੇ ਸਾਰਾ ਖਾਨਦਾਨ ਹੀ ਖਾ ਗਿਆ ਰਹਿ ਹੀ ਕੋਈ ਨਹੀਂ ਗਿਆ ਸਾਡੇ ਸਾਰੇ ਬੱਚੇ ਹੀ ਇਸਨੇ ਖਾ ਲਏ ਜबान ਦੇ ਸਵਾਦ ਦੇ ਨਾਲ ਉਹਨਾਂ ਹੰਸਾਂ ਨੇ ਆਖਿਆ ਜਿਵੇਂ ਸਾਡਾ 100 ਬੱਚਾ ਮਰਿਆ ਤੈਨੂੰ ਵੀ ਇਸੇ ਤਰ੍ਹਾਂ ਹੀ ਸਜ਼ਾ ਮਿਲੇਗੀ ਤੇਰੇ ਕੀਤੇ ਗੁਨਾਹ ਦੀ ਸਜ਼ਾ ਪਾਪ ਦੀ ਸਜ਼ਾ ਤੈਨੂੰ ਵੀ ਇਸੇ ਤਰ੍ਹਾਂ ਹੀ ਮਿਲੇਗੀ ਸਾਡਾ 100 ਬੱਚਾ ਮਾਰਿਆ ਤੇਰਾ ਵੀ 100 ਦਾ 100 ਹੀ ਮਰੇਗਾ ਤੇਰੇ ਇਸ ਗੁਨਾਹ ਦੀ ਸਜ਼ਾ ਤੈਨੂੰ ਮਿਲੀ ਹੈ ਦੈਨ ਲਗਾ ਚਲੋ ਮੈਂ ਮੰਨ ਲੈਂਦਾ ਕਿ ਮੈਂ ਇਹ ਪਾਪ ਕੀਤਾ ਹੈ 100 ਬੱਚਾ ਮਰਿਆ ਸਜ਼ਾ ਮੈਨੂੰ ਮਿਲ ਗਈ ਹੈ ਪਰ ਇਹ ਸਜ਼ਾ ਮੈਨੂੰ ਪਹਿਲਾਂ ਕਿਉਂ ਨਹੀਂ ਮਿਲੀ ਐਸ ਜਨਮ ਵਿੱਚ ਹੀ ਕਿਉਂ ਮਿਲੀ ਹੈ ਤੇ ਫਿਰ ਦੱਸਿਆ ਗਿਆ ਕਹਿਣ ਲੱਗੇ ਤੇਰੇ ਪੁੰਨ ਕਰਮ ਹੀ ਬਹੁਤੇ ਸਨ ਤੂੰ ਬਹੁਤ ਜਨਮਾਂ ਵਿੱਚ ਬੜੇ ਪੁੰਨ ਕਰਮ ਕੀਤੇ ਉਹਨਾਂ ਪੁੰਨਾਂ ਦਾ ਤੂੰ ਫਲ ਛਕਦਾ ਪਿਆ ਛਕਦਿਆਂ ਛਕਦਿਆਂ ਤੂੰ ਐਸ ਜਨਮ ਦੇ ਵਿੱਚ ਆਇਆ ਇਨੇ ਚਿਰ ਨੂੰ ਤੇਰਾ ਪਾਪ ਕਰਮ ਵੀ ਉਗੜ ਗਿਆ ਉਹ ਵੀ ਨਿਕਲ ਆਇਆ ਤੇ ਤੈਨੂੰ ਸਜ਼ਾ ਮਿਲੀ ਮਹਾਰਾਜ ਕਹਿਣ ਲੱਗੇ ਕਤਕ ਕਰਮ ਕਮਾਵਨੇ ਦੋਸ ਨਾ ਕਾਹੂ ਚੋਕ ਜੋਗ ਬੰਦਿਆ ਤੇਰਾ ਕਰਮ ਤੇਰੇ ਦੁਆਰਾ ਹੀ ਕੱਤਿਆ ਗਿਆ ਹੈ ਤੇਰਾ ਕਰਮ ਤੇਰੇ ਦੁਆਰਾ ਹੀ ਪੈਦਾ ਕੀਤਾ ਤੂੰ ਆਪ ਪੈਦਾ ਕੀਤਾ ਹੈ ਆਪਣੇ ਖਾਤੇ ਵਿੱਚ ਤੂੰ ਆਪ ਜਵਾਂ ਕੀਤਾ ਹੈ ਜਿਸ ਤਰ੍ਹਾਂ ਦਾ ਪਾਪ ਕਰਮ ਜਾਂ ਪੂਰਨ ਕਰਮ ਤੂੰ ਕਮਾਇਆ ਹੈ ਉਦੀ ਸਜ਼ਾ ਤੈਨੂੰ ਮਿਲੇਗੀ ਜਿਵੇਂ ਤ੍ਰਿਤਰਾਸ਼ਟਰ ਨੂੰ ਮਿਲੀ ਐ 100 ਬੱਚਾ ਮਰਿਆ ਤੇ ਸਾਧੂ ਨੇ ਦੱਸਿਆ ਕਹਿਣ ਲੱਗੇ 100 ਬੱਚਾ ਤੂੰ ਮਾਰਿਆ ਸੀ ਉਹਦਾ ਫਲ ਤੈਨੂੰ ਬਰਾਬਰ ਹੀ ਆ ਕੇ ਟਕਰਿਆ ਹੈ ਪਰ ਮਹਾਰਾਜ ਕਹਿਣ ਲੱਗੇ ਦੋਸ਼ ਨਾ ਕਾਹੂ ਜੋਗ ਕਿਸੇ ਨੂੰ ਦੋਸ਼ ਦੇਣਾ ਜੋਗ ਨਹੀਂ ਹੈ ਕਿ ਫਲਾਣੇ ਬੰਦੇ ਨੇ ਇਹ ਮੈਨੂੰ ਦੁੱਖ ਦਿੱਤਾ ਹੈ ਨਹੀਂ ਕਿਸੇ ਨੇ ਨਹੀਂ ਦਿੱਤਾ ਹੈ ਤੇਰੇ ਆਪਣੇ ਕਰਮਾਂ ਦੱਦਾ ਦੋਸ ਨਾ ਦਿਉ ਕਿਸੈ ਦੋਸ ਕਰਮਾ ਆਪਣੇ ਆਪਣੇ ਜੇ ਤੈਨੂੰ ਮਾਣ ਮਿਲਦਾ ਪਿਆ ਨਾ ਦੁਨੀਆ ਵਿੱਚ ਵਡਿਆਈ ਮਿਲਦੀ ਐ ਤੈਨੂੰ ਸਤਕਾਰ ਮਿਲਦਾ ਤੈਨੂੰ ਕੋਈ ਜੀ ਆਇਆਂ ਆਖਦਾ ਇਹਦਾ ਭਾਵ ਐ ਤੇਰਾ ਕੋਈ ਪੁੰਨ ਕਰਮ ਤੂੰ ਐਸਾ ਕੀਤਾ ਤੈਨੂੰ ਮਾਣ ਦਵਾਉਂਦਾ ਪਿਆ ਤੇ ਜੇ ਤੇਰਾ ਕਿਤੇ ਨਰਾਦਰ અપਮਾਨ ਹੋ ਰਿਹਾ ਹੈ ਤੇ ਤੇਰਾ ਕੋਈ ਪਾਪ ਕਰਮ ਐ ਜਿਸ ਤਰ੍ਹਾਂ ਦਾ ਕਮਾਇਆ ਉਸ ਤਰ੍ਹਾਂ ਦਾ ਅੱਗੇ ਆ ਗਿਆ ਦੱਦਾ ਦੋਸ ਨਾ ਦਿਉ ਕਿਸੈ ਦੋਸ ਕਰਮਾ ਆਪਣੇ ਆ ਜੋ ਮੈਂ ਕੀਤਾ ਸਜ਼ਾ ਮੈਨੂੰ ਉਸ ਕਰਮ ਦੀ ਮਿਲੇਗੀ ਜਿਹੜਾ ਮੈਂ ਆਪ ਖੁਦ ਕੀਤਾ ਹੋਵੇਗਾ ਕਿਸੇ ਦੂਜੇ ਦੇ ਕੀਤੇ ਕਰਮ ਦੀ ਸਜ਼ਾ ਨਹੀਂ ਮਿਲੇਗੀ ਇਹ ਗੁਰਮੁਖੋ ਕਾਲਯੁਗ ਦਾ ਕਾਨੂੰਨ ਹੈ ਪਹਿਲਿਆਂ ਯੁਗਾਂ ਵਿੱਚ ਸਾਜੁਗ ਦੇ ਵਿੱਚ ਕਹਿੰਦੇ ਜੇ ਕੋਈ ਵਿਅਕਤੀ ਪਾਪ ਕਰਦਾ ਨਾ ਤਾਂ ਪੂਰੇ ਦੇਸ਼ ਨੂੰ ਸਜ਼ਾ ਮਿਲਦੀ ਹੈ ਤ੍ਰੇਤੇ ਯੁਗ ਵਿੱਚ ਕੋਈ ਪਾਪ ਕਰਦਾ ਤੇ ਪੂਰੇ ਸ਼ਹਿਰ ਨੂੰ ਸਜ਼ਾ ਮਿਲਦੀ ਹੈ ਪੂਰੇ ਪਿੰਡ ਨੂੰ ਨਗਰ ਨੂੰ ਦੁਆਪਰ ਯੁਗ ਦੇ ਵਿੱਚ ਕੋਈ ਪਾਪ ਕਰਦਾ ਤੇ ਪੂਰੇ ਪਰਿਵਾਰ ਨੂੰ ਜਿੰਨੀ ਫੈਮਿਲੀ ਹੈ ਜਿੰਨੇ ਜੀ ਨੇ ਪਰਿਵਾਰ ਦੇ ਸਾਰਿਆਂ ਨੂੰ ਸਜ਼ਾ ਮਿਲੇਗੀ। ਪਰ ਕਲ ਯੁਗ ਦਾ ਕਾਨੂੰਨ ਵੱਖਰਾ ਹੈ। ਮਹਾਰਾਜ ਕਹਿਣ ਲੱਗੇ ਇਹ ਕਰ ਕਰੇ ਸੋ ਇਹ ਕਰ ਪਾਏ ਕੋਈ ਨਾ ਪਕੜੀਐ। ਕਿਸੈ ਥਾਏ ਕਲ ਯੁਗ ਦਾ ਕਾਨੂੰਨ ਇਹ ਕਹਿੰਦਾ ਹੈ ਜਿਹੜਾ ਕਰਮ ਜਿਹੜੇ ਹੱਥ ਨਾਲ ਕੀਤਾ ਉਸੇ ਹੱਥ ਨੂੰ ਹੀ ਸਜ਼ਾ ਮਿਲਦੀ ਹੈ। ਤੂੰ ਮਤਾਏ ਸੋਚ ਲਵੀਂ ਵੀ ਕੋਈ ਹੋਰ ਪਾਪ ਕਰੇਗਾ ਤੇ ਫਲ ਮੈਨੂੰ ਮਿਲੇਗਾ। ਜਾ ਪਾਪ ਮੈਂ ਕਰਾਂਗਾ ਤੇ ਫਲ ਕਿਸੇ ਹੋਰ ਨੂੰ ਮਿਲੇਗਾ ਨਹੀਂ ਜੋ ਮੈਂ ਕੀਤਾ ਸੋ ਮੈਂ ਪਾਇਆ ਜੋ ਮੈਂ ਖੁਦ ਕਰਾਂਗਾ ਉਹ ਮੈਂ ਖੁਦ ਪਾ ਲਵਾਂਗਾ ਜੋ ਮੈਂ ਕੀਤਾ ਸੋ ਮੈਂ ਪਾਇਆ ਦੂਸਰਾਂ ਦੀਜਿਆਂ ਅਵਰ ਜਨਾ ਕਿਸੇ ਦੂਜੇ ਨੂੰ ਦੋਸ਼ ਨਾ ਦੇ ਤੇਰੇ ਕਰਮਾਂ ਦਾ ਦੁੱਖ ਸੁਖ ਫਲ ਇਹ ਤੈਨੂੰ ਮਿਲਿਆ ਹੋਇਆ ਹੈ ਕਤਿਕ ਕਰਮ ਕਮਾਵਨੇ ਦੂਸ ਨਾ ਕਾਹੂ ਯੋਗ ਕਟਿਆਂ ਦਾ ਮਹੀਨਾ ਇਹ ਗੱਲ ਬਖਸ਼ਿਸ਼ ਕਰਦਾ ਹੈ ਜਿਹੜੇ ਤੂੰ ਕਰਮ ਕਮਾਏ ਹੋਏ ਉਹਨਾਂ ਦਾ ਦੁੱਖ ਜਾਂ ਸੁਖ ਰੂਪੀ ਫਲ ਤੈਨੂੰ ਮਿਲਣਾ ਹੈ ਇਸ ਕਰਕੇ ਕਿਸੇ ਦੂਜੇ ਨੂੰ ਦੋਸ਼ ਨਾ ਦਿਆ ਕਰ ਪਰ ਨਾਲ ਹੀ ਬਚਨ ਮਹਾਰਾਜ ਜੀਆਂ ਦੇ ਐਸਾ ਕੰਮ ਬੂਲੇ ਨਾ ਕੀਚੈ ਜਿਤ ਅੰਤ ਪਛੋਤਾਈਆ ਕਰਮ ਕਰਨ ਤੋਂ ਪਹਿਲਾਂ ਸੋਚ ਲੈ ਵੀ ਇਹਦਾ ਫਲ ਮੈਨੂੰ ਆਇਆ ਹੀ ਮਿਲਿਆ ਹੈ ਇਸ ਕਰਕੇ ਉਹ ਕਰਮ ਨਾ ਕਰ ਜਿਹੜਾ ਤੈਨੂੰ ਦੁੱਖ ਰੂਪੀ ਫਲ ਦੇਣਾ ਕਰੇ ਪਰਮੇਸ਼ਰ ਤੇ ਭੁੱਲਿਆ ਪਰਮੇਸ਼ਰ ਨੂੰ ਭੁੱਲ ਜਾਈਏ ਰੱਬ ਨੂੰ ਕਦੇ ਯਾਦ ਹੀ ਨਾ ਕਰੀਏ ਨਾਮ ਕਦੇ ਜਪੀਏ ਨਾ ਬਾਣੀ ਕਦੇ ਪੜੀਏ ਨਾ ਸਿਮਰਨ ਕਦੇ ਕਰੀਏ ਨਾ ਜਦੋਂ ਪਰਮੇਸ਼ਰ ਨੂੰ ਆਪਣੀ ਯਾਦ ਵਿੱਚੋਂ ਭੁਲਾ ਦੇਈਦਾ ਹੈ ਵਿਆਪਨ ਸਭੇ ਰੋਗ ਬਾਦਸ਼ਾਹ ਕਹਿਣ ਲੱਗੇ ਫਿਰ ਹਰ ਇੱਕ ਤਰ੍ਹਾਂ ਦੇ ਰੋਗ ਜਿਹੜੇ ਦੁੱਖ ਨੇ ਆ ਕੇ ਵਿਆਪਦੇ ਲੱਗ ਜਾਂਦੇ ਫਿਰ ਤੇ ਜਿਹੜਾ ਸੁਖ ਹੈ ਨਾ ਉਹ ਵੀ ਦੁਖ ਰੂਪ ਹੋ ਜਾਂਦਾ ਹੈ ਜਿਹੜੀ ਪ੍ਰਾਪਤੀ ਹੈ ਉਹ ਵੀ ਦੁਖ ਰੂਪ ਹੋ ਜਾਂਦੀ ਹੈ ਪਰਮੇਸ਼ਰ ਦੇ ਭੁੱਲਣ ਕਰਕੇ ਹਰੇਕ ਤਰ੍ਹਾਂ ਦੇ ਰੋਗ ਆ ਕੇ ਵਿਆਪਦੇ ਹਨ ਬੇਮੁਖ ਹੋਏ RAM ਤੇ RAM ਪਰਮਾਤਮਾ ਤੋਂ ਬੇਮੁਖ ਹੋ ਗਿਆ ਜਿਨ੍ਹਾਂ ਨੇ ਰਮੇ ਹੋਏ RAM ਦਾ ਨਾਮ ਨਹੀਂ ਕਦੇ ਜਪਿਆ ਆ ਜਾਂ ਵੀ ਦੁਨੀਆ ਕਹਿ ਦਿੰਦੀ ਨਾ ਕਿਹੜਾ ਰੱਬ ਮੈਂ ਕਿਉਂ ਨਾਮ ਜਪਾਂ ਮੇਰੇ ਕੋਲ ਸਮਾਂ ਨਹੀਂ ਹੈ ਮੈਨੂੰ ਰੱਬ ਨੇ ਕੀ ਦਿੱਤਾ ਹੈ ਜਿਹੜੇ ਰੱਬ ਤੋਂ ਬੇਮੁਖ ਹੋ ਗਏ ਜਿਨ੍ਹਾਂ ਨੇ ਪਰਮਾਤਮਾ ਦੇ ਵੱਲ ਪੇਠ ਕਰ ਲਈ ਐ ਜਿਹੜੇ ਕਦੇ ਉਸ ਰਾਮ ਨੂੰ ਚੇਤੇ ਨਹੀਂ ਕਰਦੇ ਹਾਨ ਲੱਗਣ ਜਨਮ ਵਿਯੋਗ ਜਨਮਾਂ ਜਨਮਾਂ ਤਰਾਂ ਦੇ ਫਿਰ ਵਿਛੋੜੇ ਪੈ ਜਾਂਦੇ ਵੈਸੇ ਤੇ ਇਹ ਮਨੁੱਖਾ ਜਨਮ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਤੇਰਾ ਔਸਰ ਇਹ ਤੇਰੀ ਬਾਰ ਇਹ ਸਮਾਂ ਮਿਲਿਆ ਸੀ ਰੱਬ ਨਾਲ ਤੈਨੂੰ ਮਲਾਉਣ ਵਾਸਤੇ ਮਲਾਪ ਕਰਾਉਣ ਵਾਸਤੇ ਪਰ ਇਸ ਜਨਮ ਦੇ ਵਿੱਚ ਆ ਕੇ ਤੂੰ ਐਸਾ ਵਕਾਰੀ ਬਣ ਗਿਆ ਕਿ ਤੂੰ ਰੱਬ ਦੇ ਨਾਲੋਂ ਇਹੋ ਜਿਹਾ ਵਿਛੜਿਆ ਦੁਬਾਰਾ ਹੁਣ ਜੁੜਿਆ ਨਹੀਂ ਜਾਵੇਗਾ ਕਿਉਂਕਿ ਅੱਗੇ 84 ਲੱਖ ਜੂਨਾ ਦਾ ਘੇੜਾ ਹੈ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਲਗਨ ਜਨਮ ਵਿਜੋਗ ਪਰਮਾਤਮਾ ਤੇਰੇ ਨਾਲੋਂ ਨਹੀਂ ਵਿਛੜਿਆ ਹੈ ਤੂੰ ਪਰਮਾਤਮਾ ਦੇ ਨਾਲੋਂ ਵਿਛੜਿਆ ਹੈ ਪਰ ਜੇ ਮਨੁੱਖਾ ਜਨਮ ਦੇ ਵਿੱਚ ਆ ਕੇ ਬੰਦਗੀ ਨਹੀਂ ਕਰ ਸਕਿਆ ਫਿਰ ਅੱਗੇ ਕਈ ਜਨਮਾਂ ਦੇ ਵਿਛੋੜੇ ਜਿਹੜੇ ਪ੍ਰਾਪਤ ਹੁੰਦੇ ਹਨ ਖਿੰਮਹਿ ਕੌੜੇ ਹੋਏ ਗਏ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਇੱਕ ਖਿੰਦੇ ਵਿੱਚ ਹੀ ਸਾਰੇ ਪਦਾਰਥ ਕੌੜੇ ਹੋ ਜਾਂਦੇ ਦੁਖਦਾਈ ਹੋ ਜਾਂਦੇ ਹਨ ਜਿਤੜੇ ਮਾਇਆ ਭੋਗ ਮਾਇਆ ਦੇ ਭੋਗ ਪਦਾਰਥ ਤੂੰ ਅੱਜ ਬੜੇ ਖੁਸ਼ ਹੋ ਕੇ ਛਕਦਾ ਪਿਆ ਜਾਂ ਕਮਾਉਂਦਾ ਪਿਆ ਹੈ ਇੱਕ ਦਿਨ ਸਮਾਂ ਆਵੇਗਾ ਇਹ ਪਦਾਰਥ ਜਿਹੜੇ ਨੇ ਦੁਖ ਰੂਪ ਹੋ ਜਾਣਗੇ ਵਿਪਤਾ ਰੂਪ ਹੋ ਜਾਣਗੇ ਸੰਕਟ ਦਾ ਰੂਪ ਗੁਰਮੁਖੋ ਕਈ ਰਾਜਿਆਂ ਦੀ ਰਾਜ ਇਸ ਕਈ ਰਾਜਿਆਂ ਦੀ ਜਾਨ ਇਸੇ ਕਰਕੇ ਗਈ ਕਿਉਂਕਿ ਉਹ ਰਾਜੇ ਨੇ ਆਪਾਂ ਇਤਿਹਾਸ ਵਿੱਚ ਬਚਨ ਪੜ੍ਹਦੇ ਆ ਨਾ ਕਮਰ ਨੌ ਨਿਹਾਲ ਮਹਾਰਾਜਾ ਰਣਜੀਤ ਸਿੰਘ ਜੀ ਦਾ ਪੋਤਰਾ ਹੈ ਰਾਜ ਭਾਗ ਦਾ ਮਾਲਕ ਹੈ ਰਾਜ ਗੱਦੀ ਮਿਲੀ ਹੈ ਕਹਿਣ ਲੱਗੇ ਡੋਗਰਿਆਂ ਨੇ ਮਿਲ ਕੇ ਸਾਜ਼ਿਚ ਰਚ ਲਈ ਕਿ ਇਸ ਨੂੰ ਮਾਰਨਾ ਹੈ ਕਿ ਮਾਰਿਆ ਕਿਵੇਂ ਜਦੋਂ ਦਰਸ਼ਨੀ ਡਿਉੜੀ ਦੇ ਥੱਲੇ ਉਹ ਲੰਘਾ ਲੱਗਾ ਦਰਸ਼ਨੀ ਡਿਉੜੀ ਦਾ ਸ਼ਜਾ ਦੇਖ ਦਿੱਤਾ ਬਰੂਦ ਭਰ ਕੇ ਮੜਾ ਜਾ ਜ਼ਖਮ ਲੱਗਾ ਕੋਈ ਬਹੁਤਾ ਨਹੀਂ ਲੱਗਾ ਕਿਉਂਕਿ ਜਿਸ ਡਾਕਟਰ ਨੇ ਇਲਾਜ ਕੀਤਾ ਨਾ ਉਹਦਾ ਇਹ ਬਿਆਨ ਹੈ ਕਿ ਥੋੜਾ ਜਿਹਾ ਖੂਨ ਸਰਾਣੇ ਨੂੰ ਲੱਗਾ ਹੈ ਕੋਈ ਬਹੁਤਾ ਵੱਡਾ ਉਸ ਨੂੰ ਝੂਟ ਨਹੀਂ ਲੱਗੀ ਉਸੇ ਵੇਲੇ ਇਹ ਜਿਹੜੇ ਡੋਗਰੇ ਸਨ ਲਾਲ ਸਿੰਘ ਧਿਆਨ ਸਿੰਘ ਵਰਗੇ ਚੋਕੇ ਮਹਿਲਾਂ ਵਿੱਚ ਲੈ ਗਏ ਮਹਾਰਾਜੇ ਦੇ ਉੱਪਰ ਛੱਤ ਡਿੱਗ ਪਈ ਹੈ ਛੱਤ ਡਿੱਗ ਪਈ ਹੈ ਉਹ ਬੜੇ ਗੰਭੀਰ ਜ਼ਖਮੀ ਹੋ ਗਏ ਮਹਿਲ ਦੇ ਵਿੱਚ ਲਜਾ ਕੇ ਦਰਵਾਜ਼ੇ ਬੰਦ ਕਰ ਦਿੱਤੇ ਦਰਵਾਜੇ ਦੇ ਬਾਹਰ ਘਰ ਵਾਲੀ ਵੀ ਰੋਂਦੀ ਪਈ ਆ ਮਾਂ ਵੀ ਰੋਂਦੀ ਪਈ ਆ ਸਾਨੂੰ ਇੱਕ ਵਾਰੀ ਮਿਲ ਲੈ ਲੈਂਦੇ ਹੋ ਇੱਕ ਵਾਰੀ ਗੱਲ ਕਰ ਲੈ ਲੈਂਦੇ ਹੋ ਡੋਗਰਿਆਂ ਨੇ ਐਸਾ ਪ੍ਰਬੰਧ ਕੀਤਾ ਕਹਿਣ ਲੱਗੇ ਨਹੀਂ ਉਹ ਮਿਲਣ ਦੀ ਹਾਲਤ ਵਿੱਚ ਨਹੀਂ ਉਹ ਬੇਹੋਸ਼ੀ ਦੇ ਵਿੱਚ ਲੇ ਗਿਆ ਡਾਕਟਰ ਵੈਦ ਕਹਿੰਦੇ ਨੇ ਕੋਈ ਵੀ ਨੇੜੇ ਨਾ ਜਾਵੇ ਉਸ ਦੇ ਪਰ ਉਹ ਤੇ ਅੰਦਰ ਚੰਗਾ ਭਲਾ ਲੰਮਾ ਪਿਆ ਹੈ ਜਦੋਂ ਉਸ ਕਮਰ ਨੋ ਨਿਹਾਲ ਨੂੰ ਇਹ ਪਤਾ ਲੱਗਾ ਨਾ ਵੀ ਇਹ ਡੋਗਰਿਆਂ ਦੀ ਨੀਅਤ ਬਦਲ ਗਈ ਹੈ ਤੇ ਮੈਨੂੰ ਮਾਰਨਾ ਚਾਹੁੰਦਾ ਤੇ ਫਿਰ ਉਸਨੇ ਆਖਿਆ ਮੈਨੂੰ ਮਾਰ ਨਾ ਮੈਨੂੰ ਜਾਨੋ ਨਾ ਮਾਰ ਮੇਰੀ ਜਾਨ ਬਖਸ਼ ਦੇ ਤੈਨੂੰ ਰਾਜ ਭਾਗ ਦੀ ਭੁੱਖ ਹੈ ਲਿਆ ਮੈਂ ਤੈਨੂੰ ਲਿਖ ਦੇਵਾਂ ਰਾਜ ਭਾਗ ਤੈਨੂੰ ਲਿਖਤੀ ਰੂਪ ਦੇ ਵਿੱਚ ਮੈਂ ਦੇ ਦਿੰਦਾ ਅੱਜ ਤੋਂ ਤੂੰ ਬਣ ਜਾ ਪੰਜਾਬ ਦਾ ਰਾਜਾ ਤਖਤ ਤੂੰ ਸੰਭਾਲ ਲੈ ਮੇਰੀ ਜਾਨ ਬਖਸ਼ ਦੇ ਮੈਨੂੰ ਮਾਰ ਨਾ ਔਰ ਮੈਂ ਤੇਰੇ ਨਾਲ ਵਾਅਦਾ ਕਰਦਾ ਮੈਂ ਇਹ ਦੇਸ਼ ਛੱਡ ਕੇ ਵੀ ਚਲਾ ਜਾਵਾਂਗਾ ਕਦੇ ਤੇਰੇ ਰਾਹ ਵਿੱਚ ਨਹੀਂ ਆਵਾਂਗਾ ਔਰ ਕਦੇ ਕਿਸੇ ਨੂੰ ਦੱਸਾਂਗਾ ਕਮਰ ਨੌਨਿਹਾਲ ਨੇ ਆਪਣੀ ਜਾਨ ਬਚਾਉਣ ਵਾਸਤੇ ਡੋਗਰੇ ਦਾ ਤਰਲਾ ਕੀਤਾ ਪਰ ਕਹਿਣ ਲੱਗੇ ਡੋਗਰੇ ਦਾ ਮਨ ਨਹੀਂ ਭਤੀਜਿਆ ਕਹਿਣ ਲੱਗਾ ਨਹੀਂ ਇਹ ਨਹੀਂ ਹੋ ਸਕਦਾ ਰਾਜ ਤੇ ਮੈਂ ਲੈ ਹੀ ਲੈਣਾ ਪਰ ਤੈਨੂੰ ਜ਼ਰੂਰ ਮਾਰਨਾ ਹੈ ਇਤਿਹਾਸਕਾਰ ਕਹਿੰਦੇ ਨੇ ਵੱਡਾ ਪੱਥਰ ਚੁੱਕ ਕੇ ਮਹਾਰਾਜੇ ਦੇ ਸਿਰ ਵਾਲੇ ਪਾਸੇ ਖੜ ਕੇ ਜਿਸ ਪਲੰਗ ਦੇ ਉੱਪਰ ਕਮਰ ਪ੍ਰਤਾਪ ਸਿੰਘ ਜੀ ਕਮਰ ਨੌਨਿਹਾਲ ਦੀ ਲੰਮੇ ਪਏ ਹੋਏ ਨੇ ਉਸ ਮੰਜੇ ਦੇ ਸਰਹਾਣੇ ਵਾਲੇ ਪਾਸੇ ਖੜ ਕੇ ਸਿਰ ਦੇ ਵਿੱਚ ਬੜੀ ਜੋਰ ਦੀ ਪੱਥਰ ਮਾਰ ਕੇ ਸਿਰ ਹੀ ਫੇਰ ਦਿੱਤਾ ਮਾਰ ਦਿੱਤਾ ਤੇ ਬਾਹਰ ਇਹ ਰੋਲਾ ਪਵਾ ਦਿੱਤਾ ਵੀ ਇਹ ਛੱਤ ਡਿੱਗੀ ਸੀ ਤੇ ਉਹ ਛੱਤ ਡੰਗਣ ਦੇ ਨਾਲ ਸਿਰ ਫਿਸਿਆ ਹੈ ਇਹ ਤਾਂ ਮਰਿਆ ਹੈ ਮਹਾਰਾਜ ਕਹਿਣ ਲੱਗੇ ਬਚਨੇ ਆ ਗੁਰਮੁਖਾ ਇਹ ਜਿਹੜੇ ਮਾਇਆ ਦੇ ਭੋਗ ਪਦਾਰਥ ਨੇ ਨਾ ਰਾਜ ਭਾਗ ਮਿਲ ਜਾਣਾ ਸੋਨਾ ਚਾਂਦੀ ਹੀਰੇ ਮੋਤੀ ਮਿਲ ਜਾਣੇ ਕਈ ਵਾਰੀ ਇਹ ਪਦਾਰਥ ਵੀ ਜਾਣ ਦੇ ਵੈਰੀ ਬਣ ਜਾਂਦੇ ਖੇਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਕਿੱਥੇ ਉਹ ਰਾਜਾ ਰਾਜ ਦੇ ਸੁਖ ਲੈਂਦਾ ਹੁਕਮ ਚ ਲਾਉਂਦਾ ਤੇ ਕਿੱਥੇ ਉਹ ਰਾਜਾ ਆਪਣੇ ਰਾਜ ਦੀ ਆਪਣੀ ਜਾਨ ਦੀ ਭੀਖ ਮੰਗਦਾ ਭੀਖ ਮੰਗਨ ਕਰਕੇ ਵੀ ਜਾਨ ਬਚੀ ਨਹੀਂ ਕਿਉਂਕਿ ਉਹਦਾ ਰਾਜ ਹੀ ਉਹਦਾ ਕਾਲ ਬਣਿਆ ਉਹਦਾ ਰਾਜ ਹੀ ਉਹਦੀ ਮੌਤ ਦਾ ਕਾਰਨ ਬਣਿਆ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਬਚਨ ਇਹ ਭਾਈ ਖਿੰਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਿਹੜੇ ਮਾਇਆ ਦੇ ਭੋਗ ਪਦਾਰਥ ਆ ਜਿਹਨੂੰ ਚੰਗੇ ਲੱਗਦੇ ਜਿਨ੍ਹਾਂ ਨੂੰ ਜੋੜਦਾ ਪਿਆ ਜਿਨ੍ਹਾਂ ਨੂੰ ਕਮਾਉਂਦਾ ਪਿਆ ਕੋਈ ਪਤਾ ਨਹੀਂ ਸਮਾ ਕਿਸ ਤਰ੍ਹਾਂ ਦਾ ਬੰਨਾ ਇਹ ਤੇਰੇ ਜੋੜੇ ਹੋਏ ਪਦਾਰਥ ਵਸਤੂਆਂ ਹੋ ਸਕਦਾ ਉਹ ਤੇਰੇ ਵੈਰੀ ਬਣ ਜਾਣ ਤੇਰੀ ਜਾਨ ਦਾ ਕਾਰਨ ਬਣ ਜਾਣ ਦੁਖ ਰੂਪ ਹੋ ਜਾਂਦੇ ਜਿਹੜੇ ਰੱਬ ਨੂੰ ਭੁੱਲਦੇ ਇਸ ਤਰ੍ਹਾਂ ਦੀ ਕਹਿਣ ਲੱਗੇ ਹਾਲਤ ਹੁੰਦੀ ਹੈ ਵਿੱਚ ਨਾ ਕੋਈ ਕਰ ਸਕਾ ਕਹਿਣ ਲੱਗੇ ਵਿੱਚ ਤੋਂ ਭਾਵ ਹੈ ਵਿਚੋਲਗੀ ਤੇਰੀ ਵਿੱਚ ਕੋਈ ਵਿਚੋਲਗੀ ਨਹੀਂ ਕਰ ਸਕਿਆ ਕੋਈ ਬੰਦਾ ਕਿਸੇ ਗੁਨਾਹ ਵਿੱਚ ਫੜਿਆ ਜਾਵੇ ਨਾ ਤੂੰ ਦੀ ਵਿਚੋਲਗੀ ਵਾਸਤੇ ਵਕੀਲ ਕੀਤਾ ਜਾਂਦਾ ਹੈ ਵਕੀਲ ਬਚਾਉਣ ਦੇ بڑے ਦਾ ਪੇਚ ਖੇਡਦਾ ਹੈ ਤੇ ਕਈ ਵਾਰੀ ਬਚਾ ਵੀ ਲੈਂਦਾ ਹੈ ਪਰ ਮਹਾਰਾਜ ਕਹਿਣ ਲੱਗੇ ਤੇ ਦੁਨੀਆਦਾਰੀ ਹੈ ਪਰ ਰੱਬ ਦੀ ਦਰਗਾਹ ਦੇ ਵਿੱਚ ਉੱਥੇ ਕੋਈ ਵਕੀਲ ਨਹੀਂ ਤੇਰੇ ਕੋਲ ਖੜਾ ਹੋਵੇਗਾ ਤੇਰੀ ਵਿਚੋਲਗੀ ਵਾਸਤੇ ਤੈਨੂੰ ਬਚਾਉਣ ਵਾਸਤੇ ਕੋਈ ਦਾ ਪੇਚ ਖੇਡਣ ਵਾਸਤੇ ਨਹੀਂ ਵਿਚਨਾ ਕੋਈ ਕਰ ਸਕਿਆ ਤੈਨੂੰ ਜਮਾ ਤੋਂ ਬਚਾਉਣ ਲਈ ਕੋਈ ਤੇਰੀ ਵਿਚੋਲਗੀ ਨਹੀਂ ਕਰੇਗਾ ਕੋਈ ਤੇਰੀ ਥਾਂ ਤੇ ਗਵਾਹੀ ਨਹੀਂ ਦੇਵੇਗਾ ਕੋਈ ਤੇਨੂੰ ਬਚਾਉਂਦਾ ਨਹੀਂ ਹੈ ਕਿਸ ਤੈ ਰੋ ਵਾਰੋਜ ਕਿੱਥੇ ਜਾ ਕੇ ਰੋਵੇਂਗਾ ਕਿਹਦੇ ਕੋਲ ਫਰਿਆਦ ਕਰੇਗਾ ਕਿੰਨੂੰ ਆਪਣਾ ਦੁੱਖ ਦੱਸੇਗਾ ਪਾਤਸ਼ਾਹ ਕਹਿਣ ਲੱਗੇ ਵਿਚੋਲਗੀ ਨਹੀਂ ਕਿਸੇ ਨੇ ਕਰਨੀ ਹੈ ਇਹ ਤੇ ਦੋਸ਼ ਤੇਰੇ ਆਪਣੇ ਕੀਤੇ ਕਰਮਾਂ ਦਾ ਹੈ ਜਿਸ ਤਰ੍ਹਾਂ ਦੇ ਦੁੱਖ ਸੁਖ ਕਰਮ ਕਮਾਏ ਉਸਰਾਂ ਦਾ ਫਲ ਮਿਲੇਗਾ ਪਰ ਮਹਾਰਾਜ ਕਹਿਣ ਲੱਗੇ ਕਿਸੇ ਦੇ ਕੋਲ ਕਿੱਥੇ ਜਾ ਕੇ ਰੋਜ ਰੋਵੇਂਗਾ ਦੁੱਖੜਾ ਸੁਣਾਵੇਂਗਾ ਕਿਉਂਕਿ ਵਿੱਚ ਕੋਈ ਕੁਝ ਕਰ ਹੀ ਨਹੀਂ ਸਕਦਾ ਤੇਰੇ ਕਰਮਾਂ ਦੇ ਵਿੱਚ ਕੁਝ ਨਹੀਂ ਕੋਈ ਕਰ ਸਕਦਾ ਹੈ ਉਹ ਤੈਨੂੰ ਭੁਗਣਾ ਪੈਣਾ ਹੈ ਕੀਤਾ ਕਿਛ ਨਾ ਹੋਈ ਆਪੂ ਪਾਤਸ਼ਾਹ ਕਹਿਣ ਲੱਗੇ ਇਸ ਜੀਵ ਦਾ ਕੀਤਾ ਹੋਇਆ ਕੁਝ ਨਹੀਂ ਹੁੰਦਾ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਅਸੀਂ ਦੁੱਖ ਦੇ ਦਈਏ ਕਿਸੇ ਨੂੰ ਸੁੱਖ ਦੇ ਦਈਏ ਮਹਾਰਾਜ ਕਹਿਣ ਲੱਗੇ ਇਸ ਜੀਵ ਦਾ ਕੀਤਾ ਕੁਝ ਨਹੀਂ ਹੈ ਲਿਖਿਆ ਧੁਰ ਸੰਜੋਗ ਭਾਈ ਧੁਰ ਤੋਂ ਹੀ ਰੱਬ ਨੇ ਸੰਜੋਗ ਲਿਖੇ ਨੇ ਜਿਸ ਤਰ੍ਹਾਂ ਦਾ ਸਾਡਾ ਕਿਸੇ ਨਾਲ ਜੁੜਨਾ ਲਿਖਿਆ ਨਾ ਉਹਨਾਂ ਸਮਾਂ ਅਸੀਂ ਜੁੜ ਜਾਂਦੇ ਜਦੋਂ ਟੁੱਟਣਾ ਲਿਖਿਆ ਟੁੱਟ ਜਾਂਦੇ ਸਾਡੀ ਰਿਸ਼ਤੇਦਾਰੀ ਬਣਦੀ ਨਾ ਭੈਣਾ ਭਰਾ ਇਕੱਠੇ ਜਨਮ ਲੈਂਦੇ ਰਿਸ਼ਤੇਦਾਰੀ ਬਣ ਗਈ ਮਾਤਾ ਪਿਤਾ ਬਣ ਗਏ ਪਰ ਕਈ ਵਾਰੀ ਉਹਨਾਂ ਭੈਣਾ ਭਰਾਵਾਂ ਦੇ ਵਿੱਚੋਂ ਇੱਕ ਸਰੀਰ ਛੱਡ ਜਾਂਦਾ ਦੋ ਸਰੀਰ ਛੱਡ ਜਾਂਦਾ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਸੰਯੋਗ ਕਿੰਨਾ ਚਿਰ ਬੰਨਾ ਹੈ ਰੱਬ ਨੇ ਲਿਖਿਆ ਤੇ ਸੰਯੋਗ ਟੁੱਟਣਾ ਕਦੋਂ ਹੈ ਵੀ ਪ੍ਰਮਾਤਮਾ ਨੇ ਲਿਖਿਆ ਹੈ ਜਿੰਨਾ ਚਿਰ ਕਰਮ ਇਕੱਠੇ ਨੇ ਕਰਮ ਭੋਗਣੇ ਨੇ ਉਨਾਂ ਚਿਰ ਜੁੜਿਆ ਰਹਿੰਦਾ ਜਦੋਂ ਆਪਣਾ ਕਰਮ ਪੂਰਾ ਹੋ ਜਾਂਦਾ ਉਦੋਂ ਇਸ ਦੁਨੀਆ ਤੋਂ ਚਲੇ ਜਾਂਦਾ ਮਹਾਰਾਜ ਕਹਿਣ ਲੱਗੇ ਬਿਰਖੇ ਹੇਤ ਸਭ ਜਨ ਤੇ ਇਕੱਠੇ ਇੱਕ ਤੱਤੇ ਇੱਕ ਬੋਲਨ ਮਿੱਠੇ ਅਸਤ ਅਦੂਤ ਭਇਆ ਉੱਠ ਚੱਲੇ ਜਿਉਂ ਜਿਉਂ ਆਉਧ ਵਿਹਾਨੀਆਂ ਮੌਲਾ ਖੇਲ ਕਰੇ ਸਭ ਆਪੇ ਇੱਕ ਕੱਢੇ ਇੱਕ ਲਹਿਰ ਵਿਆਪੇ ਜਿਵੇਂ ਰਾਤ ਨੂੰ ਰੁੱਖ ਤੇ ਆ ਕੇ ਪੰਛੀ ਬੈਠਦੇ ਨੇ ਸਾਰੀ ਰਾਤ ਬੈਠੇ ਰਹਿੰਦੇ ਟਾਣੀ ਦੇ ਉੱਪਰ ਦਿਨ ਚੜਦਾ ਨਾਲ ਹੀ ਉਡਾਰੀਆਂ ਮਾਰ ਕੇ ਉੱਡ ਗਏ ਛੱਡ ਗਏ ਇੱਕ ਦੂਜੇ ਦਾ ਸਾਥ ਮਹਾਰਾਜ ਕਹਿਣ ਲੱਗੇ ਭਾਈ ਇਹ ਦੁਨੀਆ ਵੀ ਇੱਕ ਰੁੱਖ ਹੀ ਹੈ ਤੇ ਜਿੰਨੇ ਆਪਾਂ ਤਮਾਮ ਜੀਵਾਂ ਅਸੀਂ ਸਾਰੇ ਪੰਛੀਆਂ ਦੇ ਵਾਂਗ ਬੈਠੇ ਹੋਏ ਪਰ ਉਹਨਾਂ ਚਿਰ ਬੈਠੇ ਰਵਾਂਗੇ ਜਿੰਨਾ ਚਿਰ ਜੁੜੇ ਰਵਾਂਗੇ ਜਿੰਨਾ ਚਿਰ ਸਾਡਾ ਕਰਮ ਹੈ ਜਦੋਂ ਕਰਮ ਖਤਮ ਹੋ ਗਿਆ ਜਿਵੇਂ ਪੰਛੀਆਂ ਨੇ ਸਵੇਰੇ ਉਡਾਰੀ ਮਾਰੀ ਹੈ ਨਾ ਆਪੂ ਆਪਣੀ ਜਗਾ ਨੂੰ ਕੋ ਸੱਜੇ ਕੋ ਖੱਬੇ ਕੋ ਉੱਤਰ ਕੋ ਦੱਖਣ ਨੂੰ ਚਲਾ ਗਿਆ ਮੁੜ ਕੇ ਉਹ ਮਿਲਦੇ ਨਹੀਂ ਇਸੇ ਤਰ੍ਹਾਂ ਮਹਾਰਾਜ ਕਹਿਣ ਲੱਗੇ ਬੰਦਿਆ ਜਦੋਂ ਤੇਰੇ ਕਰਮਾਂ ਦਾ ਦੂਜੇ ਨਾਲੋਂ ਹਿਸਾਬ ਬਰਾਬਰ ਹੋ ਗਿਆ ਉਦੋਂ ਤੂੰ ਵੀ ਉਡਾਰੀ ਮਾਰਦਿਆਂ ਨਹੀਂ ਛੱਡ ਜਾਣਾ ਹੈ ਫਿਰ ਉਹਦੇ ਨਾਲ ਮਲਾਪ ਨਹੀਂ ਹੁੰਦਾ ਵੈ ਪੇਰ ਪਾਟਨ ਮਹਾਰਾਜ ਕਹਿਣ ਲੱਗੇ ਵੈ ਸੁੱਤ ਵੈ ਬਿੱਤ ਉਹ ਪੁੱਤਰ ਉਹ ਧਨ ਵੈਪੁਰ ਪਟਨਾ ਉਹ ਨਗਰ ਉਹ ਸ਼ਹਿਰ ਜਿੱਥੇ ਜੰਮਿਆ ਹੈ ਬਹਰ ਨਾ ਦੇਖਿਆ ਆਏ ਦੁਬਾਰਾ ਨਹੀਂ ਆ ਕੇ ਵੇਖੇਗਾ ਕਿਹਦਾ ਪੁੱਤਰ ਬਣਿਆ ਸੀ ਇਹ ਵੀ ਨਹੀਂ ਦੁਬਾਰਾ ਆ ਕੇ ਵੇਖੇਗਾ ਕਿੰਨਾ ਧਨ ਕਮਾਇਆ ਹੈ ਇਹ ਵੀ ਨਹੀਂ ਆ ਕੇ ਵੇਖੇਗਾ ਕਿਹੜੇ ਸ਼ਹਿਰ ਦਾ ਵਸਨੀਕ ਨਹੀਂ ਵਸਨੀਕ ਬਣਿਆ ਸੀ ਜਨਮਿਆ ਸੀ ਇਹ ਵੀ ਆ ਕੇ ਨਹੀਂ ਵੇਖੇਗਾ ਬਹਰ ਨਾ ਦੇਖਿਆ ਆਏ ਦੁਬਾਰਾ ਨਹੀਂ ਦੇਖਣ ਨੂੰ ਮਿਲੇਗਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਤੋਂ ਜਿਸ ਤਰ੍ਹਾਂ ਦੇ ਸੰਜੋਗ ਲਿਖੇ ਉਹਨਾਂ ਕਰਮਾਂ ਨੂੰ ਭੋਕੇ ਚਲੇ ਜਾਂਦਾ ਹੈ ਉਹਨਾਂ ਕਰਮਾਂ ਦੇ ਵਿੱਚ ਅਦਲਾ ਬਦਲੀ ਕੋਈ ਕਰ ਨਹੀਂ ਸਕਦਾ ਹੈ ਵੱਡ ਭਾਗੀ ਮੇਰਾ ਪ੍ਰਭ ਮਿਲਿਆ ਜਿਹਨੇ ਵੱਡਿਆਂ ਭਾਗਾਂ ਵਾਲ ਜਿਨ੍ਹਾਂ ਦੇ ਭਾਗ ਵੱਡੇ ਨੇ ਉਤਮ ਭਾਗ ਨੇ ਉਹਨਾਂ ਨੂੰ ਪਰਮਾਤਮਾ ਮਿਲਦਾ ਹੈ ਪਰਮਾਤਮਾ ਮਿਲਦਾ ਕਿਵੇਂ ਹੈ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੱਡ ਭਾਗੀ ਹਰ ਸੰਗਤ ਪਾਵੈ ਜਦੋਂ ਵੱਡੇ ਭਾਗ ਹੋਣਗੇ ਫਿਰ ਸੰਗਤ ਵਿੱਚ ਆਵੇਂਗਾ ਸੰਗਤ ਵਿੱਚ ਆ ਕੇ ਗੁਰਬਾਣੀ ਸੁਣੇਗਾ ਗੁਰਬਾਣੀ ਦਾ ਉਪਦੇਸ਼ ਲੈ ਕੇ ਫਿਰ ਕਮਾਈ ਕਰੇਗਾ ਫਿਰ ਪਰਮਾਤਮਾ ਮਿਲੇਗਾ ਵਡਭਾਗੀ ਹਰ ਸੰਗਤ ਪਾਵੈ ਵੱਡਿਆਂ ਭਾਗਾ ਨਾਲ ਸੰਗਤ ਮਿਲਦੀ ਹੈ ਵਡਭਾਗੀ ਮੇਰਾ ਪ੍ਰਭ ਮਿਲੇ ਵੱਡਿਆਂ ਭਾਗਾ ਨਾਲ ਉਹ ਪਰਮਾਤਮਾ ਪ੍ਰਾਪਤ ਹੁੰਦਾ ਹੈ ਤਾਂ ਉਤਰ ਹੈ ਸਭ ਬਿਯੋਗ ਜਦੋਂ ਪਰਮਾਤਮਾ ਮਿਲ ਜਾਵੇ ਗੁਰੂ ਦਾ ਸਿੱਖ ਨਾਲ ਮਲਾਪ ਔਰ ਸਿੱਖ ਦਾ ਗੁਰੂ ਨਾਲ ਮਲਾਪ ਹੋ ਜਾਵੇ ਫਿਰ ਸਾਰੇ ਬਿਯੋਗ ਹੀ ਦੁੱਖ ਸਾਰੇ ਵਿਛੋੜੇ ਸਾਰੀਆਂ ਮੁਸੀਬਤਾਂ ਉਤਰ ਜਾਂਦੀਆਂ ਲੈ ਜਾਂਦੀਆਂ ਹਨ ਨਾਨਕੋ ਪ੍ਰਭ ਰੱਖ ਲੈ ਸ਼੍ਰੀ ਪਾਤਸ਼ਾਹ ਕਹਿਣ ਲੱਗੇ ਇਸ ਤਰ੍ਹਾਂ ਬੇਨਤੀ ਕਰਿਆ ਕਰ ਐ ਪਰਮੇਸ਼ਰ ਹਰੀ ਹਰ ਨਿਰੰਕਾਰ ਮੈਨੂੰ ਰੱਖ ਲੈਣਾ ਕਰ ਮੇਰੇ ਸਾਹਿਬ ਬੰਦੀ ਮੋਚ ਬੰਦੀ ਬੰਦਨਾ ਤੋਂ ਮੋਚ ਕਈਏ ਛਡਾਉਣ ਵਾਲੇ ਹੋ ਮਹਾਰਾਜ ਆਪ ਜੀ ਨੇ ਤੇ ਕਈਆਂ ਦੇ ਬੰਧਨ ਛੁਡਾ ਦਿੱਤੇ ਜਦੋਂ ਬਾਬਰ ਬਾਦਸ਼ਾਹ ਨੇ ਹਮਲਾ ਕੀਤਾ ਨਾ ਈਮਨਾਬਾਦ ਦੀ ਧਰਤੀ ਤੇ ਮਹਾਰਾਜ ਨੇ ਲਿਖਿਆ ਵੀ ਇਹ ਗੁਰਬਾਣੀ ਦੇ ਵਿੱਚ ਥਾਵਾਂ-ਥਾਵਾਂ ਤੇ ਸ਼ਬਦ ਕਈ ਉਚਾਰੇ ਮੁਗਲ ਪਠਾਨਾ ਭਈ ਲੜਾਈ ਰਣ ਵਿੱਚ ਤੇਗ ਵਗਾਈ ਉਨੀ ਤੁਪਕ ਤਾਣ ਚਲਾਈ ਉਹ ਮਹਾਰਾਜ ਸਾਹਿਬ ਜੀਆਂ ਨੇ ਈਮਨਾਬਾਦ ਦੀ ਧਰਤੀ ਦਾ ਹਵਾਲਾ ਦਿੱਤਾ ਜਦੋਂ ਬਾਬਰ ਨੇ ਮਾਰ ਮਾਰੀ ਹੈ ਤੇ ਕਹਿਣ ਲੱਗੇ ਉਸ ਵੇਲੇ ਪਠਾਨ ਹਾਰ ਗਏ ਤੇ ਸਾਰਿਆਂ ਨੂੰ ਕੈਦ ਕਰ ਲਿਆ ਧੰਨ ਗੁਰੂ ਨਾਨਕ ਦੇ ਮਹਾਰਾਜ ਵੀ ਬੈਠੇ ਹੋਏ ਸਤਗੁਰਾਂ ਨੂੰ ਵੀ ਕੈਦ ਕਰ ਲਿਆ ਇਤਿਹਾਸਕਾਰ ਕਹਿੰਦੇ ਨੇ ਜਿੰਨੇ ਕੈਦੀ ਕੀਤੇ ਬਾਦਸ਼ਾਹ ਨੇ ਚੱਕੀਆਂ ਦਿੱਤੀਆਂ ਸਾਰੇ ਜਾਣੇ ਚੱਕੀਆਂ ਪੀਸੋ ਕਹਿੰਦੇ 1100 ਚੱਕੀ ਜਿਹੜੀ ਐ ਉਹ ਬਾਬਰ ਦੇ ਵੱਲੋਂ 1100 ਚੱਕੀ ਦਿੱਤੀ ਗਈ ਇਸ ਨੂੰ ਪੀਸਿਆ ਜਾਵੇ ਜਦੋਂ ਸਾਰਿਆਂ ਦੇ ਅੱਗੇ ਉਹ ਚੱਕੀਆਂ ਆ ਗਈਆਂ ਨਾ ਤਾਂ ਗੁਰੂ ਨਾਨਕ ਸਾਹਿਬ ਦੇ ਅੱਗੇ ਵੀ ਚੱਕੀ ਰੱਖੀ ਮਹਾਰਾਜ ਨੇ ਸਾਰੇ ਕੈਦੀਆਂ ਨੂੰ ਆਖਿਆ ਕਹਿਣ ਲੱਗੇ ਨਾਮ ਜਪੋ ਭਾਈ ਨਾਮ ਜਪੋ ਇਹ ਚੱਕੀ ਫੇਰਨ ਦੀ ਲੋੜ ਨਹੀਂ ਹੈ ਮਹਾਰਾਜ ਦਾ ਬਚਨ ਮੰਨ ਕੇ ਜਿਵੇਂ ਜਿਵੇਂ ਸਤਿਗੁਰੂ ਨਾਮ ਜਪਦੇ ਮਗਰਮਗਰੋ ਸਾਰੇ ਕੈਦੀ ਵੀ ਜਪਣ ਲੱਗ ਪਏ। ਜਦੋਂ ਕੈਦੀਆਂ ਨੇ ਸਾਰਿਆਂ ਨੇ ਨਾਮ ਜਪਿਆ 1100 ਦੀ 1100 ਚੱਕੀ ਆਪਣੇ ਆਪ ਹੀ ਚੱਲਦੀ ਪਈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਸੀਂ ਇਹਦੇ ਵਿੱਚ ਬਸ ਇਹ ਦਾਣੇ ਪਾਉਣੇ ਨੇ ਚੱਕੀ ਆਪੇ ਚੱਲਦੀ ਪਈ। ਜਦੋਂ ਇਸ ਤਰ੍ਹਾਂ ਚੱਕੀਆਂ ਚੱਲੀਆਂ ਉਹ ਤੇ ਛਪਾਈਆਂ ਨੇ ਜਾ ਕੇ ਜਿਹੜੇ ਪਹਿਰੇਦਾਰ ਸਨ ਉਹਨਾਂ ਨੇ ਜਾ ਕੇ ਬਾਦਸ਼ਾਹ ਨੂੰ ਦੱਸਿਆ। ਬਾਦਸ਼ਾਹ ਕੋ ਇਸ ਤਰ੍ਹਾਂ ਦਾ ਪੀਰ ਆਪਾਂ ਫੜ ਲਿਆ ਜਿਹੜਾ ਬੜਾ ਕਰਾਮਾਤੀ ਹੈ ਸਾਰੀਆਂ ਚੱਕੀਆਂ ਆਪੇ ਚਲਦੀਆਂ ਪਈਆਂ ਬਾਦਸ਼ਾਹ ਛੇਤੀ ਦੇ ਨਾਲ ਦੌੜ ਕੇ ਆਇਆ ਸਤਿਗੁਰਾਂ ਦੇ ਚਰਨਾਂ ਤੇ ਪੈ ਗਿਆ ਮਹਾਰਾਜ ਮੇਰੇ ਸਿਪਾਈਆਂ ਕੋਲੋਂ ਬੰਦਿਆਂ ਕੋਲੋਂ ਗੁਨਾਹ ਹੋ ਗਿਆ ਆਪਜੀ ਮaaf ਕਰਦੇ ਹੋ ਜਦੋਂ ਇਹ ਬਚਨ ਕੀਤਾ ਸਤਿਗੁਰੂ ਕਹਿਣ ਲੱਗੇ ਮਾਫੀ ਤਾਂ ਮਿਲਦੀ ਹੈ ਜਿਨ੍ਹਾਂ ਨੇ ਤੇਰਾ ਵਿਰੋਧ ਕੀਤਾ ਉਹਨਾਂ ਨੂੰ ਜੰਗ ਵਿੱਚ ਤੂੰ ਮਾਰ ਦਿੱਤਾ ਪਰ ਆ ਜਿਹੜੇ ਬੱਚੇ ਫੜੇ ਨੇ ਔਰਤਾਂ ਫੜੀਆਂ ਹੋਈਆਂ ਬਜ਼ੁਰਗ ਫੜੇ ਹੋਏ ਇਹਨਾਂ ਨੇ ਤੇਰਾ ਕੀ ਵਿਗਾੜਿਆ ਇਹਨਾਂ ਨੂੰ ਕਾਦੀ ਸਜ਼ਾ ਦਿੰਦਾ ਜੇ ਮਾਫੀ ਚਾਹੁੰਦਾ ਹੈ ਤੇ ਇਹਨਾਂ ਸਾਰਿਆਂ ਨੂੰ ਰਿਹਾ ਕਰ ਦੇ ਮਹਾਰਾਜ ਦਾ ਬਚਨ ਮੰਨ ਕੇ ਬਾਬਰ ਨੇ ਉਸੇ ਵੇਲੇ ਹੁਕਮ ਦਿੱਤਾ ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਸਾਰੇ ਪਿੰਜਰੇ ਖੋਲ ਦਿਓ ਸਾਰੇ ਕੈਦੀ ਰਿਹਾ ਕਰ ਦਿਓ ਕੋਈ ਨਹੀਂ ਕੈਦ ਵਿੱਚ ਰਹਿਣਾ ਚਾਹੀਦਾ ਸਾਰੇ ਦੇ ਸਾਰੇ ਕੈਦੀ ਉਸੇ ਵੇਲੇ ਰਿਹਾ ਕਰ ਦਿੱਤੇ ਕੈਦੀ ਰਿਹਾ ਕਰਕੇ ਮਹਾਰਾਜ ਦੀ ਸ਼ਰਨ ਵਿੱਚ ਫਿਰ ਆਇਆ ਸਤਿਗੁਰੂ ਤੁਹਾਡਾ ਬਚਨ ਮੰਨਿਆ ਹੈ ਸਤਿਗੁਰਾਂ ਨੇ ਵੇਖਿਆ ਕੈਦੀ ਰਿਹਾ ਹੋ ਗਿਆ ਮਹਾਰਾਜ ਬੜੇ ਖੁਸ਼ ਹੋਏ ਬਾਬਰ ਨੇ ਝੋਲੀ ਅੱਡ ਕੇ ਆਖਿਆ ਕਹਿਣ ਲੱਗਾ ਮਹਾਰਾਜ ਮੇਰੇ ਖਾਨਦਾਨ ਵਿੱਚ ਕਿਸੇ ਨੂੰ ਰਾਜ ਨਹੀਂ ਮਿਲਿਆ ਹਿੰਦੁਸਤਾਨ ਦਾ ਮੈਂ ਇਹ ਬੇਨਤੀ ਕਰਦਾ ਹਾਂ ਜੇ ਆਪ ਜੀ ਖੁਸ਼ ਹੋਏ ਹੋ ਮੇਰੀ ਝੋਲੀ ਦੇ ਵਿੱਚ ਹਿੰਦੁਸਤਾਨ ਦਾ ਰਾਜ ਆਪ ਜੀ ਬਖਸ਼ੋ ਗੁਰੂ ਨਾਨਕ ਦੇ ਮਹਾਰਾਜ ਨੇ ਸੁਣ ਕੇ ਬਚਨ ਆਖਿਆ ਕਹਿਣ ਲੱਗੇ ਬਾਬਰ ਤੇਰੀ ਸੇਵਾ ਤੋਂ ਤੇਰੇ ਬਚਨ ਮੰਨਣ ਤੋਂ ਅਸੀਂ ਖੁਸ਼ ਹੋਏ ਆ ਜੇ ਤੂੰ ਰਾਜ ਮੰਗਦਾ ਤੈਨੂੰ ਹਿੰਦੂਸਤਾਨ ਦਾ ਰਾਜ ਦੇ ਦਿੱਤਾ ਪਰ ਇੱਕ ਬਚਨ ਦਾ ਧਿਆਨ ਰੱਖਣਾ ਹੈ ਰਾਜ ਭਾਗ ਕਰਦਿਆਂ ਹੋਇਆਂ ਨਿਆਂ ਜ਼ਰੂਰ ਕਰਨਾ ਕਿਸੇ ਨਾਲ ਅਨਿਆਂ ਨਹੀਂ ਕਰਨਾ ਜਿੰਨਾ ਚਿਰ ਨਿਆਂ ਕਰਦਾ ਰਹੇਗਾ ਰਾਜ ਭਾਗ ਬਣਿਆ ਰਹੇਗਾ ਜਦੋਂ ਅਨਿਆਂ ਕਰਨਾ ਸ਼ੁਰੂ ਹੋਵੇਗਾ ਇਹ ਰਾਜ ਭਾਗ ਫਿਰ ਨਸ਼ਟ ਹੋ ਜਾਏਗਾ ਖਤਮ ਹੋ ਜਾਏਗਾ ਗੁਰਮਖੋ ਫਿਰੇ ਮੁਗਲ ਬਾਦਸ਼ਾਹ ਵਾਰੀ ਵਾਰੀ ਬਾਬਰ ਬੈਠਾ ਹਿਮਾਯੂ ਬੈਠਾ ਅਕਬਰ ਬੈਠਾ ਸ਼ਾਹਜਹਾਨ ਬੈਠਾ ਜਹਾਂਗੀਰ ਬੈਠਾ ਸਾਰੇ ਬੈਠੇ ਆਪੋ ਆਪਣੇ ਸਮੇਂ ਦੇ ਵਿੱਚ ਰਾਜ ਭਾਗ ਨੂੰ ਮਾਣਦੇ ਰਹੇ ਪਰ ਜਿਵੇਂ ਜਿਵੇਂ ਸ਼ਾਹਜਹਾਨ ਬਾਦਸ਼ਾਹ ਵਰਗਿਆਂ ਨੇ ਫਿਰ ਜੰਗ ਕੀਤੀ ਗੁਰੂ ਘਰ ਦੇ ਨਾਲ ਔਰੰਗਜ਼ੇਬ ਨੇ ਕਈ ਸਾਧੂ ਸੰਤਾਂ Hindu ਸੰਤਾਂ ਦਾ ਮੁਸਲਮਾਨ ਸਾਧੂਆਂ ਦਾ ਫਕੀਰਾਂ ਦਾ ਕਤਲ ਕਰਵਾਇਆ ਔਰ ਇਸੇ ਤਰ੍ਹਾਂ ਧਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੀ ਸ਼ਹੀਦੀ ਭਾਈ ਮਤੀ ਦਾਸ ਦੀ ਸ਼ਹੀਦੀ ਭਾਈ ਦਿਆਲਾ ਜੀ ਦੀ ਸ਼ਹੀਦੀ ਐਸੇ ਜਿਹੜੇ ਸਾਧੂ ਸੰਤ ਗੁਰਮੁਖ ਉਹਨਾਂ ਦੀਆਂ ਸ਼ਹੀਦੀਆਂ ਹੋਈਆਂ ਐਸੇ ਸਾਧੂ ਸੰਤ ਇਸਨੇ ਕਤਲ ਕੀਤੇ ਜਿਵੇਂ ਜਿਵੇਂ ਅਨਿਆਂ ਵਧਿਆ ਪਾਪ ਵਧਿਆ ਤੇ ਦਸਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਫਿਰ ਕਾਹਿੰਦਾ ਬੂਟਾ ਪਟ ਕੇ ਆਖਿਆ ਸਿਨ ਜਦੋਂ ਨੂਰੇ ਮਾਹੀ ਨੇ ਆਖਿਆ ਮਹਾਰਾਜ ਪੁੱਤਰ ਆਪ ਜੀ ਦੇ ਸ਼ਹੀਦੀ ਪ੍ਰਾਪਤ ਕਰ ਗਏ ਇਹ ਬਚਨ ਸੁਣਦਿਆਂ ਸਾਰੀ ਮਹਾਰਾਜ ਨੇ ਆਖਿਆ ਕਹਿਣ ਲੱਗੇ ਨੂਰਿਆ ਮੁਗਲ ਰਾਜ ਦੀਆਂ ਜੜਾਂ ਪਟੀਆਂ ਗਈਆਂ ਖਾਰੇ ਸਮੁੰਦਰ ਵਿੱਚ ਪਈਆਂ ਇਹ ਬਚਨ ਮਹਾਰਾਜ ਜੀਆਂ ਨੇ ਆਖੇ ਨੀਲ ਬਸਤਰਲੇ ਕਪੜੇ ਫਾਰੇ ਤੁਰਕ ਪਠਾਨੀ ਅਮਲ ਗਿਆ ਇਹ ਬਚਨ ਮਹਾਰਾਜ ਨੇ ਬਖਸ਼ੇ ਸਤਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਬਚਨ ਇਹ ਹੈ ਨਾਨਕ ਕੋਪਰਾਬ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਸਤਗੁਰੂ ਬੰਦਨਾ ਨੂੰ ਕਟਣ ਵਾਲੇ ਨੇ ਧਾਨ ਗੁਰੂ ਨਾਨਕ ਦੇ ਮਹਾਰਾਜ ਜੀ ਬਾਬਰ ਦੀ ਕੈਦ ਵਿੱਚੋਂ ਸਾਰੇ ਦੇ ਸਾਰੇ ਰਿਹਾ ਕਰ ਲੈ ਬੰਧਨਾਂ ਤੋਂ ਮੁਕਤ ਕਰ ਲੈ ਔਰ ਥਾਵਾ-ਥਾਵਾ ਤੇ ਇਹ ਪ੍ਰਸੰਗ ਆਉਂਦੇ ਜਿਵੇਂ ਜਿਵੇਂ ਮਹਾਰਾਜ ਨੇ ਜਿੱਥੇ-ਜਿੱਥੇ ਕੋਈ ਕਲਾ ਵਰਤਾਈ ਹੈ ਉੱਥੇ ਬੰਦੀਆਂ ਦੇ ਬੰਧਨ ਕਟੇ ਸਤਗੁਰ ਸਿੱਖ ਕੈ ਬੰਧਨ ਕਾਟਿਆ ਗੁਰੂ ਕਾ ਸਿੱਖ ਅੱਜ ਵੀ ਮਹਾਰਾਜ ਉਹ ਬੰਧਨ ਕੱਟਦੇ ਪਏ ਆਪਣੇ ਸਿੱਖ ਦੇ ਵਿਕਾਰਾਂ ਵੱਲੋਂ ਬੰਧਨ ਕੱਟ ਦਿੰਦੇ ਐਸੇ ਮਹਾਰਾਜ ਬੰਦੀ ਮੋਚਹਾਨਾ ਕਤਕ ਹੋਵੇ ਸਾਧ ਸੰਗ ਕਹਿਣ ਲੱਗੇ ਜੇ ਕਤਕ ਦੇ ਮਹੀਨੇ ਵਿੱਚ ਸਾਧੂਆਂ ਦੀ ਸੰਗਤ ਨਾਮ ਜਪਣ ਵਾਲੇ ਗੁਰਮਖਾਂ ਦੀ ਸੰਗਤ ਬਾਣੀ ਪੜਨ ਵਾਲੇ ਗੁਰਸਿੱਖਾਂ ਦੀ ਸੰਗਤ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੇ ਸੰਗਤ ਪ੍ਰਾਪਤ ਹੁੰਦੀ ਹੈ ਬਿਨ ਸਹ ਸਬੇ ਸੋਚ ਕਹਿਣ ਲੱਗੇ ਫਿਰ ਸਾਰੀਆਂ ਵਿਚਾਰਾਂ ਜਿਹੜੀਆਂ ਨੇ ਸਾਰੀਆਂ ਨਾਸ ਹੋ ਜਾਂਦੀਆਂ ਜਿਹੜੀਆਂ ਵਿਚਾਰਾਂ ਵਿੱਚ ਪਿਆ ਹੋਇਆ ਦੁੱਖਾਂ ਵਿੱਚ ਪਿਆ ਹੋਇਆ ਕਸ਼ਟਾਂ ਵਿੱਚ ਪਿਆ ਹੋਇਆ ਇਹ ਸਾਰੀਆਂ ਬਿੰਸ ਜਾਣਗੀਆਂ ਦੂਰ ਹੋ ਜਾਣਗੀਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਆ ਨੇ ਇਹ ਕਤਕ ਦਾ ਮਹੀਨਾ ਜਿਹੜਾ ਹੈ ਉਹ ਸਾਨੂੰ ਇਹ ਉਪਦੇਸ਼ ਦੇ ਵਿੱਚ ਬਖਸ਼ਿਆ ਹੈ ਕਿ ਇਹ ਮਨੁੱਖ ਨੇ ਆਪਣੇ ਕਰਮ ਆਪ ਕੀਤੇ ਨੇ ਉਹਨਾਂ ਕਰਮਾਂ ਦਾ ਫਲ ਵੀ ਇਸ ਨੇ ਆਪ ਹੀ ਭੋਗਿਆ ਹੈ ਪਰ ਜੇ ਤੂੰ ਸੰਗਤ ਵਿੱਚ ਆਇਆ ਕਰੇਗਾ ਸੰਗਤ ਵਿੱਚ ਬੈਠ ਕੇ ਬਾਣੀ ਪੜ੍ਹੇਗਾ ਨਾਮ ਜਪੇਗਾ ਮਹਾਰਾਜ ਕਹਿਣ ਲੱਗੇ ਸੰਗਤ ਵਿੱਚ ਬੈਠ ਕੇ ਫਿਰ ਉਹ ਪਾਪ ਦਾ ਕਰਮ ਵੀ ਮਿਟਦਾ ਹੈ ਸੰਗਤ ਵਿੱਚ ਐਸੀ ਕਿਰਪਾ ਹੁੰਦੀ ਸਤਿਗੁਰੂ ਫਿਰ ਵਿਕਾਰਾਂ ਦੇ ਬੰਧਨ ਕੱਟ ਕੇ ਤੇ ਫਿਰ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਮੁਕਤ ਹੋ ਜਾਈਦਾ ਹੈ ਇਹ ਸਤਿਗੁਰਾਂ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਬਚਨੋ ਉਪਦੇਸ਼ ਗੁਰੂ ਕਾ ਹਿਰਦੇ ਵਸੇ ਤਾਂ ਕਿ ਸਾਡਾ ਭਲਾ ਹੋਵੇ ਜੋ ਸੱਜਣਾਂ ਸੀਸੜੀਆਂ ਜੋ ਹੋਵੇ ਸਾਹਿਬ ਸੇ ਮਿਲ ਨਾਨਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਕਤਕ ਹੋਐ ਸਾਦ ਸੰਗ ਭਿੰਸੇ ਸਬੇ ਸੋਚ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਸ਼ਬਦ ਗੁਰੂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਅਮਰਤ ਵੇਲੇ ਤੋਂ ਇਕੱਤਰ ਸਾਧ ਸੰਗਤ ਫਤਿਹ ਦੀ ਸਾਂ